वेले दी वड्डी खबर आ रही है डब वाली बार्डर तो जिथे पंजाब दे किसानां ने हरियाणे विच दाखिल होने लई पुलिस वल्लों लाईआं सारीआं रोकां नूं तोड़ दित्ता अते डब वाली दे बार्डर राही पंजाब दे किसान वड्डी गिणती विच हरियाणे च दाखिल हो चुके ने। दस दईए कि खनौरी अते शंभू बार्डर वांगू ही डब वाली बार्डर ते भी हरियाणा पुलिस वल्लों वड्डी गिणती विच बैरीकेडिंग कीती गई सी। इस नाल ही सड़क ते पत्थर आदि रख के कंडियालियां तारा लाईआं गईआं सी, पर इस दे बावजूद भी रोह विच आए किसानां ने सब कुछ पासे कर दित्ता अते हरियाणा विच वड्डी गिणती विच दाखिल हो गए ने। तस्वीरां विच साफ देखा जा सकदा है कि किवें किसान बैरीकेडां नूं भन्न दिया हरियाणा विच दाखिल हो रहे ने। ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਅੱਜ ਸਵੇਰੇ ਡੱਬ ਵਾਲੀ ਬਾਰਡਰ ਤੇ ਇਕੱਠੇ ਹੋਏ ਅਤੇ ਪੁਲਿਸ ਨੂੰ ਬੈਰੀਕੇਡ ਹਟਾਉਣ ਦੀ ਅਪੀਲ ਕੀਤੀ, ਪਰ ਪੁਲਿਸ ਆਪਣੇ ਵਤੀਰੇ ਤੇ ਅੜੀ ਰਹੀ ਅਤੇ ਬੈਰੀਕੇਡ ਨਾ ਹਟਾਉਣ ਦੀ ਗੱਲ ਆਖਦਿਆਂ ਕਿਸਾਨਾਂ ਨਾਲ ਭਿੜਨ ਲੱਗੀ, ਜਿਸ ਨੂੰ ਦੇਖਦਿਆਂ ਕਿਸਾਨਾਂ ਨੇ ਬੈਰੀਕੇਡਾਂ ਨੂੰ ਚੁੱਕ ਕੇ ਪਾਸੇ ਕਰ ਦਿੱਤਾ ਅਤੇ ਬੈਰੀਕੇਡਿੰਗ ਤੋੜਦਿਆਂ ਕਿਸਾਨ ਹਰਿਆਣੇ ਵਿੱਚ ਦਾਖਲ ਹੋ ਗਏ ਨੇ। ਇੱਥੇ ਇਹ ਦੱਸਣਾ ਵੀ ਬਣਦੇ ਕਿ ਡੱਬ ਵਾਲੀ ਬਾਰਡਰ ਰਾਹੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਹਰਿਆਣੇ ਵਿੱਚ ਐਂਟਰੀ ਕੀਤੀ ਹੈ, ਜਦਕਿ ਉਗਰਾਹਾਂ ਜਥੇਬੰਦੀ ਵੱਲੋਂ ਖਨੌਰੀ ਬਾਰਡਰ ਤੇ ਹਰਿਆਣਾ ਬਾਰਡਰ ਤੇ ਹੀ ਅਗਲੇ 9 ਦਿਨਾਂ ਲਈ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਉਗਰਾਹਾਂ ਜਥੇਬੰਦੀ ਕਿਸਾਨਾਂ ਅੱਗੇ ਝੁਕਦੀ ਨਜ਼ਰ ਆ ਰਹੀ ਹੈ ਅਤੇ ਬੈਰੀਕੇਡਿੰਗ ਭੰਨਣ ਤੋਂ ਬਾਅਦ ਉਗਰਾਹਾਂ ਜਥੇਬੰਦੀ ਨੇ ਦਿੱਲੀ ਨੂੰ ਚਾਲੇ ਪਾ ਲਏ ਨੇ। ਜੀ ਹਾਂ, ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਨੇ ਡੱਬ ਵਾਲੀ ਬਾਰਡਰ ਤੇ ਲੱਗੀ ਬੈਰੀਕੇਡਿੰਗ ਨੂੰ ਵੀ ਤੋੜ ਦਿੱਤਾ ਅਤੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਰਿਆਣੇ ਵਿੱਚ ਦਾਖਲ ਹੋ ਕੇ ਦਿੱਲੀ ਵੱਲ ਚਾਲੇ ਪਾ ਲਏ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।